ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ ਅੱਜ ਫਿਰ ਕਰ ਲਾਂਗੇ ਰਾਜਨੀਤੀ? ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ ਅੱਜ ਫਿਰ ਕਰ ਲਾਂਗੇ ਰਾਜਨੀਤੀ? ਜ਼ਿਮਨੀ ਚੋਣਾਂ ਬਾਰੇ ਪੁੱਛੇ ਸਵਾਲ ਤੇ ਚਰਨਜੀਤ ਚੰਨੀ ਨੇ ਕਿਨਾਰਾ ਕਰ ਲਿਆ ਅਤੇ ਫਿਰ ਵਾਪਸ ਆਪਣੀ ਗੱਡੀ ਚ ਬੈਠ ਕੇ ਰਵਾਨਾ ਹੋ ਗਏ। दरअसल चरणजीत सिंह चन्नी, जो कि साबका सीएम रह चुके ने, श्री हरिमंदर साहिब च नतमस्तक होने के लिए पहुंचे सन, जिथे वो तड़के ही मत्था टेकन पहुंचे अते उत्थे उन्होंने पत्रकार दे नाल गलबात भी की, जिथे उन्होंने दस्या है कि वह इत्थे श्रद्धा पूर्वक मत्था टेकन आए ने। गुरु साहब की हजूरी च उन्होंने सिर झुका के मत्था टेकया है ते नाल ही सरबत दे भले की अरदास की है। पर इस दौरान जो पत्रकार दे वलों ਜ਼ਿਮਨੀ ਚੋਣਾਂ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਚਰਨਜੀਤ ਸਿੰਘ ਚੰਨੀ ਕਹਿ ਦਿੰਦੇ ਨੇ ਕਿ ਇਸ ਬਾਰੇ ਫੇਰ ਗੱਲ ਕਰਾਂਗੇ। ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਉਹ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਨਤਮਸਤਕ ਹੋਣ ਦੇ ਲਈ ਆਏ ਨੇ, ਨਾ ਕਿ ਕਿਸੇ ਰਾਜਨੀਤਿਕ ਗੱਲ ਕਰਨ ਦੇ ਲਈ, ਜਿਸ ਲਈ ਉਹਨਾਂ ਨੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਫੇਰ ਗੱਲ ਕਰਾਂਗੇ। ਦੱਸ ਦਈਏ ਕਿ ਚਰਨਜੀਤ ਚੰਨੀ श्री हरिमंदर साहिब विच नतमस्तक होने दे लई आए सन ते मत्था टेकन तो बाद जदों उह श्री दरबार साहिब तो बाहर जा रहे सन तां इसे दौरान पत्रकार दे वलों उन्हां तो सवाल कीते जांदे ने, जिथे पहला तां उह दसदे ने कि उह श्री हरिमंदर साहिब मत्था टेकन आए ने अते उन्हां ने इत्थे सरबत दे भले दी अरदास कीती है, ते फिर जदों राजनीति नूं लैके सवाल कीता जांदा है, ज़िमनी चोणां बारे पुछा जांदा है, ਤਾਂ ਚਰਨਜੀਤ ਚੰਨੀ ਇਸ ਤੋਂ ਸਾਫ ਕਿਨਾਰਾ ਕਰ ਦਿੰਦੇ ਨੇ ਤੇ ਇਹ ਕਹਿ ਕੇ ਅੱਗੇ ਤੁਰ ਪੈਂਦੇ ਨੇ ਕਿ ਇਸ ਬਾਰੇ ਫੇਰ ਗੱਲ ਕਰਾਂਗੇ। ਹਾਂਜੀ ਚੰਨੀ ਜੀ, ਅੱਜ ਸਵੇਰੇ ਸਵੇਰੇ ਹਰਿਮੰਦਰ ਸਾਹਿਬ ਆਏ ਹੋ, ਕਿਸ ਤਰ੍ਹਾਂ ਪ੍ਰੋਗਰਾਮ ਬਣਿਆ, ਕੋਈ ਪਰਿਵਾਰਕ ਤੌਰ ਤੇ ਆਏ? ਮੈਂ ਤਾਂ ਸ਼ਰਧਾ ਪੂਰਵਕ ਸਵੇਰੇ ਸਵੇਰੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ, ਨਤਮਸਤਕ ਹੋਇਆ ਤੇ ਅਰਦਾਸ ਕੀਤੀ। ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ? ਅੱਜ ਫਿਰ ਕਰ ਲਾਂਗੇ ਰਾਜਨੀਤੀ। ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ? ਅੱਜ ਫਿਰ ਕਰ ਲਾਂਗੇ ਰਾਜਨੀਤੀ। ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ? ਅੱਜ ਫਿਰ ਕਰ ਲਾਂਗੇ ਰਾਜਨੀਤੀ। ਜ਼ਿਮਨੀ ਚੋਣਾਂ ਬਾਰੇ ਪੁੱਛੇ ਸਵਾਲ ਤੇ ਚਰਨਜੀਤ ਚੰਨੀ ਨੇ ਕਿਨਾਰਾ ਕਰ ਲਿਆ ਅਤੇ ਫਿਰ ਵਾਪਸ ਆਪਣੀ ਗੱਡੀ ਚ ਬੈਠ ਕੇ ਰਵਾਨਾ ਹੋ ਗਏ। ਦਰਅਸਲ ਚਰਨਜੀਤ ਸਿੰਘ ਚੰਨੀ, ਜੋ ਕਿ ਸਾਬਕਾ ਸੀਐਮ ਰਹਿ ਚੁੱਕੇ ਨੇ, ਸ੍ਰੀ ਹਰਿਮੰਦਰ ਸਾਹਿਬ ਚ ਨਤਮਸਤਕ ਹੋਣ ਦੇ ਲਈ ਪਹੁੰਚੇ ਸਨ, ਜਿੱਥੇ ਉਹ ਤੜਕੇ ਹੀ ਮੱਥਾ ਟੇਕਣ ਪਹੁੰਚੇ ਅਤੇ ਉੱਥੇ ਉਹਨਾਂ ਨੇ ਪੱਤਰਕਾਰ ਦੇ ਨਾਲ ਗੱਲਬਾਤ ਵੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਉਹ ਇੱਥੇ ਸ਼ਰਧਾ ਪੂਰਵਕ ਮੱਥਾ ਟੇਕਣ ਆਏ ਨੇ। ਗੁਰੂ ਸਾਹਿਬ ਦੀ ਹਜ਼ੂਰੀ ਚ ਉਹਨਾਂ ਨੇ ਸਿਰ ਝੁਕਾ ਕੇ ਮੱਥਾ ਟੇਕਿਆ ਹੈ ਤੇ ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਪਰ ਇਸੇ ਦੌਰਾਨ ਜਦੋਂ ਪੱਤਰਕਾਰ ਦੇ ਵੱਲੋਂ ਜ਼ਿਮਨੀ ਚੋਣਾਂ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਚਰਨਜੀਤ ਸਿੰਘ ਚੰਨੀ ਕਹਿ ਦਿੰਦੇ ਨੇ ਕਿ ਇਸ ਬਾਰੇ ਫੇਰ ਗੱਲ ਕਰਾਂਗੇ। ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਉਹ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਨਤਮਸਤਕ ਹੋਣ ਦੇ ਲਈ ਆਏ ਨੇ, ਨਾ ਕਿ ਕਿਸੇ ਰਾਜਨੀਤਿਕ ਗੱਲ ਕਰਨ ਦੇ ਲਈ, ਜਿਸ ਲਈ ਉਹਨਾਂ ਨੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਫੇਰ ਗੱਲ ਕਰਾਂਗੇ। ਦੱਸ ਦਈਏ ਕਿ ਚਰਨਜੀਤ ਚੰਨੀ श्री हरिमंदर साहिब विच नतमस्तक होने दे लई आए सन ते मत्था टेकन तो बाद जदों उह श्री दरबार साहिब तो बाहर जा रहे सन तां इसे दौरान पत्रकार दे वलों उन्हां तो सवाल कीते जांदे ने, जिथे पहला तां उह दसदे ने कि उह श्री हरिमंदर साहिब मत्था टेकन आए ने अते उन्हां ने इत्थे सरबत दे भले दी अरदास कीती है, ते फिर जदों राजनीति नूं लैके सवाल कीता जांदा है, ज़िमनी चोणां बारे पुछा जांदा है, ਤਾਂ ਚਰਨਜੀਤ ਚੰਨੀ ਇਸ ਤੋਂ ਸਾਫ ਕਿਨਾਰਾ ਕਰ ਦਿੰਦੇ ਨੇ ਤੇ ਇਹ ਕਹਿ ਕੇ ਅੱਗੇ ਤੁਰ ਪੈਂਦੇ ਨੇ ਕਿ ਇਸ ਬਾਰੇ ਫੇਰ ਗੱਲ ਕਰਾਂਗੇ। ਹਾਂਜੀ ਚੰਨੀ ਜੀ, ਅੱਜ ਸਵੇਰੇ ਸਵੇਰੇ ਹਰਿਮੰਦਰ ਸਾਹਿਬ ਆਏ ਹੋ, ਕਿਸ ਤਰ੍ਹਾਂ ਪ੍ਰੋਗਰਾਮ ਬਣਿਆ, ਕੋਈ ਪਰਿਵਾਰਕ ਤੌਰ ਤੇ ਆਏ? ਮੈਂ ਤਾਂ ਸ਼ਰਧਾ ਪੂਰਵਕ ਸਵੇਰੇ ਸਵੇਰੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ, ਨਤਮਸਤਕ ਹੋਇਆ ਤੇ ਅਰਦਾਸ ਕੀਤੀ। ਚੰਨੀ ਸਾਹਿਬ, ਹਾਲਾਂਕਿ ਤੁਸੀਂ ਦਰਬਾਰ ਸਾਹਿਬ ਆਏ ਹੋ, ਪਰ ਇਸ ਵੇਲੇ ਚਾਰ ਜ਼ਿਮਨੀ ਚੋਣਾਂ ਵੀ ਹੋ ਰਹੀਆਂ ਨੇ, ਉਹ ਕਿਸ ਤਰੀਕੇ ਦੇ? ਅੱਜ ਫਿਰ ਕਰ ਲਾਂਗੇ ਰਾਜਨੀਤੀ।